ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ? ਅੱਜ ਲੱਗੇ ਹਾਂ ਗੱਠੇ ਬੀਜਣ ਦੀ ਤਿਆਰੀ ਕਰਨ, ਘਰ ਜੋਗੇ ਗੱਠੇ ਬੀਜਣੇ। ਬਿਲਕੁਲ ਨਾਲ ਨੂੰ ਰੱਖੀ ਫਿਰੋਜੂ, ਬਿੰਗਾ ਡੇਢਾ ਹੋਊਗਾ ਖਾਲ ਤਾਂ ਕੋਈ ਗੱਲ ਨੀ, ਜਾ ਪਰ ਸਿੱਧਾ ਰੱਖ ਲਾ, ਪਹੀ ਦੇ ਨਾਲ ਜਗ੍ਹਾ ਛੱਡ ਦੇ ਮਾੜੀ ਜੀ, ਕੋਈ ਨੀ, ਖਾਲ ਪੂਰਾ ਸਿੱਧਾ ਰੱਖ ਲਾ। ਆਹੋ ਉਹੀ ਕਹਿੰਦਾ, ਖਾਲ ਪੂਰਾ ਸਿੱਧਾ ਰੱਖ ਲਾ, ਉਹ ਨਾਲ ਥੋੜੀ ਜੀ ਪਹੀ ਚੌੜੀ ਵੀ ਕਰਨੀ ਆ ਉੱਥੋਂ। ਲਾ ਦੇ ਲਾ ਦੇ, ਕੋਈ ਨੀ ਛੁੱਟ ਜੂ, ਕੋਈ ਗੱਲ ਨੀ ਫਿਰੋਜੂ, ਪਹੀ ਥੋੜੀ ਜਿਹੀ ਚੌੜੀ ਵੀ ਤਾਂ ਕਰਨੀ ਆ। ਇਹ ਆਹੋ ਲੈ ਜਾ ਉਹੀ ਤਾਂ ਗੱਲ ਦੇਖੋ, ਉੱਥੇ ਬੜਨ ਵਾ ਥੋੜੀ ਜਿਹੀ ਨਾ ਪਹੀ ਚੌੜੀ ਵੀ ਕਰਨੀ ਆ। ਉਹ ਹੁਣ ਉੱਥੋਂ ਉਹਨੇ ਗਲਤ ਕਰਿਆ, ਉੱਥੋਂ ਤਾਂ ਜਮਾਂ ਹੀ ਕੰਧ ਦੇ ਨਾਲ ਲਾ ਲੈਂਦਾ, ਉੱਥੇ ਤਾਂ ਕੰਧ ਪਹਿਲਾਂ ਹੀ ਚੌੜਾ ਸੀ, ਉੱਥੋਂ ਵੀ ਜਗ੍ਹਾ ਛੱਡ ਗਿਆ। ਆ ਪਹੀ ਨਾ ਥੋੜ੍ਹੀ ਜਿਹੀ ਚੌੜੀ ਕਰਨੀ ਆ, ਚੌੜੀ ਹੋ ਜੂ ਪਈ। ਹੁਣ ਲਾਈਟ ਇਹ ਕਦੋਂ ਆਉਣੀ ਅੱਜ? ਕੱਲ੍ਹ ਤਾਂ 12 ਵਜੇ ਆਇਆ। ਜਿੱਥੇ ਜਿੱਥੇ ਮੋਟਰਾਂ ਚੱਲਦੀਆਂ ਤਾਂ ਚਲਾ ਹੀ ਲਿਓ ਸਾਰੀਆਂ, ਛੱਡਿਓ ਨਾ ਮੋਟਰ, ਪਾਣੀ ਲੱਗ ਜਾਵੇ ਤਾਂ ਚੰਗੀ ਗੱਲ। ਪਾਣੀ ਠੰਡਾ ਸੀ, ਕੱਲ ਤਾਂ ਹਵਾ, ਅੱਜ ਵੀ ਹਵਾ ਚੱਲੇਗਾ, 4-5 ਦਿਨ ਹਵਾ ਪੂਰਾ ਤੇਜ਼ ਚੱਲਣੇ ਕਾ ਹੀ ਦਿਖਾ ਰਿਹਾ ਹੈ। ਹਾਂਜੀ ਵੀ ਜੀ, ਕਣਕ 'ਤੇ ਗੇੜਾ ਮਾਰਨ ਆਇਆ ਸੀ, ਜਿਹੜੀ ਆਪਣੀ ਸਭ ਤੋਂ ਉਗੀ ਕਣਕ ਆ, ਦੇਖ ਲਓ ਖੜੀ ਆ ਪੂਰੀ ਸੋਹਣੀ, ਅਤੇ ਵਧੀਆ ਗਰੋਥ ਕਰੀ ਹੋਈ ਹੈ ਇਹਨੇ ਸਾਰੀ ਨੂੰ। ਇਹ ਜੇ ਸਨਕੋਰ ਦਵਾਈ ਪਾਈ ਸੀਗੀ ਵੀਰੇ ਆਪਾਂ, ਅਤੇ ਸਨਕੋਰ ਪਾਈ ਸੀਗੀ, ਅਤੇ ਆਪਾਂ ਇਹਨੂੰ ਪਾਣੀ ਲੱਗਿਆ ਹੋਇਆ ਵਾ। ਇਹ ਹੈਗੀ ਆ 15-16 ਨਵੰਬਰ ਦੀ, ਇੱਥੇ ਨਾ ਆਪਾਂ 222 ਅਤੇ 187 ਇਹ ਦੋਨੇ ਵੀ ਰਲਾ ਕੇ ਬੀਜੇ ਸੀਗੇ, ਅਤੇ ਬਹੁਤ ਵਧੀਆ ਰਿਜ਼ਲਟ ਆ, ਗਰੋਥ ਮਿਲ ਰਹੀ ਆ ਕਣਕ ਨੂੰ, ਵਧੀਆ ਕਣਕ ਹੋਈ ਆ, ਗੁੱਲੀ ਡੰਡਾ ਦਾ ਨਾਂ ਨਿਸ਼ਾਨ ਵੀ ਨਹੀਂ ਰਿਹਾ ਖੇਤਾਂ ਦੇ ਵਿੱਚ, ਐਨ ਪੂਰੀ ਵਧੀਆ ਹੋਈ ਆ ਕਣਕ, ਸੋਹਣੀ ਆ ਕਣਕ, ਅਤੇ ਗੁੱਲੀ ਡੰਡਾ ਵੀ ਬਿਲਕੁਲ ਹੈ ਨਹੀਂ, ਦੇਖ ਲਓ।
ਇਹ ਸਾਰੀ ਕਣਕ ਆਪਣੀ ਉਹੀ ਆ, ਇਹ ਆਪਾਂ 15-16 ਨੂੰ ਬੀਜੀ ਸੀਗੀ। ਦੇਖ ਲਓ ਕੋਈ ਇੱਕ ਵੀ ਨੌਂ ਨਿਸ਼ਾਨ ਵੀ ਗੁੱਲੀ ਡੰਡੇ ਦਾ ਨਹੀਂ ਹੈਗਾ, ਖੇਤ ਦੇ ਵਿੱਚ ਵੀ ਕੋਈ ਨੌਂ ਨਿਸ਼ਾਨ ਵੀ ਹੋਵੇ ਗੁੱਲੀ ਡੰਡੇ। ਦੇਖ ਲਓ ਬਸ ਆਪਾਂ ਉਹ ਰਲਾ ਕੇ ਪਾਈ ਸੀ ਸਨਕੋਰ ਉਦੋਂ। ਦੇਖ ਲਓ ਵੀਰੇ ਬਿਲਕੁਲ ਸਾਫ ਪਿਆ ਖੇਤ, ਇੱਕ ਵੀ ਗੁੱਲੀ ਡੰਡੇ ਦਾ ਨੌਂ ਨਿਸ਼ਾਨ ਨਹੀਂ ਹੈਗਾ। ਦੇਖ ਲਓ ਕਿੰਨਾ ਸੋਹਣਾ ਰਿਜ਼ਲਟ ਦਿੱਤਾ ਦਵਾਈ ਨੇ। ਬਸ ਹੁਣ ਆਹ ਚੌੜੇ ਪੱਤੇ ਵਾਲਾ ਹੈਗਾ, ਜਿਵੇਂ ਆ ਪਾਲਕ ਅਤੇ ਆ ਖੰਡੀ ਜੀ, ਇਹਦੀ ਸਪਰੇਅ ਕਰਨੀ ਹੈ। ਗੁੱਲੀ ਡੰਡਾ ਨਹੀਂ ਹੈਗਾ ਬਿਲਕੁਲ, 0% ਜੀਰੋ ਆ, ਜੀਰੋ ਜਮਾਂ ਹੀ, ਕੋਈ ਨੌਂ ਨਿਸ਼ਾਨ ਵੀ ਨਹੀਂ ਗੁੱਲੀ ਡੰਡੇ ਦਾ। ਅਤੇ ਕਣਕ ਦੀ ਗਰੋਥ ਤੁਸੀਂ ਦੇਖ ਸਕਦੇ ਹੋ ਜਿੰਨਾ ਜਿਹੋ ਜਿਹੀ ਵੀ ਹੈਗੀ ਆ। ਅਤੇ 15 ਨਵੰਬਰ ਦੀ ਆਪਣੀ ਇਹ, 15-16 ਨਵੰਬਰ ਦੀ ਇੱਥੋਂ ਹੀ ਸਟਾਰਟ ਕਰਿਆ ਸੀ ਆਪਾਂ ਬੀਜਣਾ ਸਾਰੀ ਕਣਕ। ਇੱਥੇ ਸਾਰੀ ਨੂੰ ਪਾਣੀ ਲੱਗ ਚੁੱਕਿਆ ਅਤੇ ਇਹਨੂੰ 2.5 ਬੈਗ ਯੂਰੀ ਦੇ ਲੱਗ ਗਿਆ ਅਤੇ ਬਹੁਤ ਵਧੀਆ ਗਰੋਥ ਆ। ਅਤੇ ਹੁਣ ਜਦੋਂ ਇੱਕ ਪਾਣੀ ਹੋਰ ਲਾਵਾਂਗੇ ਉਹਦੇ ਮੂਹਰੇ ਜ਼ਰੂਰ ਯੂਰੀਏ ਦਾ ਜਾਂ ਲਾ ਕੇ, ਜਾਂ ਜੇ ਬਾਈ ਚਾਂਸ ਮੀਂਹ ਮੂੰਹ ਪੈ ਗਿਆ ਤਾਂ ਫਿਰ ਦੇ ਦਾਂਗੇ ਯੂਰੀਏ ਦਾ ਛੱਟਾ। ਅਤੇ ਬਾਕੀ ਸੋਹਣੀਆਂ ਕਣਕ ਵਧੀਆ। ਹਾਂਜੀ ਵੀਰੇ, ਅੱਜ ਚੱਲਦਾ ਪਟਰਾਜ ਆਲੂ ਦਾ ਕੰਮ, ਵੇਲ ਵੱਢਣ ਦਾ, ਕਿਉਂਕਿ ਪਟਰਾਜ ਆਲੂ ਇਹ ਪਹਿਲਾਂ ਨਾ ਆਪਾਂ ਕੱਚਾ ਪੱਟਣ ਲਈ ਬੀਜਿਆ ਸੀਗਾ ਵੀ ਕੱਚੀ ਪਟਾਈ ਕਰਾਂਗੇ, ਅਤੇ ਫਿਰ ਕੀ ਹੋਇਆ ਰੇਟ ਹੋ ਗਿਆ ਮੰਦਾ ਅਤੇ ਫਿਰ ਆਪਾਂ ਪਟਾਈ ਕਰਨੀ ਕਰਤੀ ਕੈਂਸਲ ਕਿ ਰਹਿਣ ਦਿਓ ਪੱਟਣ ਨੂੰ, ਕੋਈ ਲੋੜ ਨਹੀਂ। ਇਹ ਆਪਣਾ ਵੀਰੇ 11 ਅਕਤੂਬਰ ਦੀ ਬਿਜਾਈ ਸੀ ਵੀਰੇ, ਅੱਜ 11 ਅਕਤੂਬਰ ਹੀ ਹੋ, 11 ਜਨਵਰੀ ਹੋ ਚੁੱਕੀ ਆ। ਅਤੇ 11 ਜਨਵਰੀ ਦੇ ਵਿੱਚ ਇਹ ਪੂਰਾ ਅੱਜ 90 ਦਿਨ ਦਾ ਹੋ ਗਿਆ ਨਾ ਮੇਰੇ ਲੱਗਦਾ, ਹਾਂ ਨਵੰਬਰ ਦਸੰਬਰ 2 ਮਹੀਨੇ, ਅਤੇ ਅੱਜ ਇਹ 90 ਦਿਨ ਬਾਅਦ ਇਹਦੀ ਸ਼ਾਮਤ ਆ ਗਈ ਕਿ ਵੇਲ ਵੱਢਣ ਦੀ। ਅਤੇ ਵੀਰੇ ਇਹਨੂੰ ਕੋਈ ਵੀ ਸਹਿਜ ਵਾਲੀਆਂ ਸਪਰੇਹਾਂ ਨਹੀਂ ਕਰੀਆਂ, 13-0-45 ਕਰੀ ਸੀ ਬਸ, ਹੋਰ ਇਹਨੂੰ ਕੋਈ ਚੀਜ਼ਾਂ ਦੀ ਯੂਜ਼ਿੰਗ ਨਹੀਂ ਕਰੀ ਆਪਾਂ ਬਿਲਕੁਲ ਵੀ। ਅਤੇ ਸਹਿਜ ਆਪਾਂ ਤੁਹਾਨੂੰ ਇਹਦਾ ਦਿਖਾ ਸਕਦੇ ਹਾਂ ਕਿ ਤੁਸੀਂ ਵੀ ਦੇਖ ਸਕਦੇ ਹੋ ਸਹਿਜ ਇਹਦਾ ਵੀ ਕਿੰਨਾ ਕੁ ਬਣਿਆ ਹੋਊ। ਅਤੇ ਗੱਲ ਹੈਗੀ ਇਉਂ ਕਿ ਆਹੀ ਸਹਿਜ ਨੂੰ ਪਸੰਦ ਕੀਤਾ ਜਾਂਦਾ ਵਾ, ਇੱਦੂ ਵੱਡੇ ਸਹਿਜ ਨੂੰ ਪਸੰਦ ਨਹੀਂ ਕਰਿਆ ਜਾਂਦਾ ਵੀਰੇ ਮਾਰਕੀਟ ਦੇ ਵਿੱਚ, ਚਾਹੇ ਆਪਾਂ ਝਾੜ ਵਧਾ ਲਈਏ ਚਾਹੇ ਜੋ ਕੁਛ ਮਰਜ਼ੀ ਕਰ ਲਈਏ, ਪਰ ਜਦੋਂ ਇੱਦੂ ਵੱਡਾ ਆਲੂ ਹੋ ਜਾਂਦਾ ਨਾ ਉਹਨੂੰ ਪਸੰਦ ਨਹੀਂ ਕਰਿਆ ਜਾਂਦਾ। ਅਤੇ ਹੁਣ ਤੁਸੀਂ ਦੇਖ ਲਓ ਇਹਦੇ ਥੱਲੇ ਸਾਰੇ ਆਲੂ ਆ ਪਰ ਸਹਿਜ ਸਾਰਿਆਂ ਦਾ ਇੱਕੋ ਜਿਹਾ ਵਾ। ਹੁਣ ਤੁਸੀਂ ਲਾ ਲਓ ਸਾ, ਆਹ ਦੇਖ ਲਓ ਕਿੰਨਾ ਸੋਹਣਾ ਸਹਿਜ ਆ। ਦੇਖ ਲਓ ਗੋਲੀ ਲੱਭੀ ਆ, ਆਲੂ ਹਜੇ ਹੋਰ ਹੈਗੇ ਆ ਥੱਲੇ ਪਰ ਡੂੰਘਾ ਕਰਕੇ ਆਪਣੇ ਨਿਕਲਦਾ ਘੱਟ ਆ ਹੱਥ ਨਾਲ। ਅਤੇ ਹੁਣ ਤੁਸੀਂ ਲਾ ਲਓ ਸਾਹਿਬ, ਨਾ ਤਾਂ ਆਲੂ ਵਿੱਚ ਕੋਈ ਹਰਾ ਵਾ ਹੈ ਨਾ, ਦੇਖ ਲਓ, ਅਤੇ ਨਾ ਕੋਈ ਆਲੂ ਦਾ ਸਹਿਜ ਛੋਟਾ ਵਾ, ਜਿੰਨੇ ਆਲੂ ਆ ਸਾਰੇ ਵੀਰੇ ਸੇਮ ਸਾਈਜ਼ ਦੇ ਆ, ਠੀਕ ਨਹੀਂ। ਅਤੇ ਆਪੇ ਝਾੜ ਕਿੰਨਾ ਵਧੀਆ ਰਹਿਣਾ ਤੁਸੀਂ ਦੇਖ ਲਓ ਸਾਹਿਬ, ਹੈ ਨਾ, ਕਿ ਇੰਨੀ ਉੱਚੀ ਆਪਾਂ ਵੇਲ ਵੱਢ ਰਹੇ ਹਾਂ ਅਤੇ ਵੇਲ ਦਾ
ਪੂਰਾ ਸੱਤਿਆਨਾਸ਼ ਵੱਜੀ ਜਾਂਦਾ। ਕੋਈ ਆਲੂ ਆ ਦਿਲ ਇਹ ਤੁਹਾਨੂੰ ਇੱਥੋਂ ਪੱਟ ਕੇ ਵੀ ਦਿਖਾ ਦਿੰਦਾ। ਆਲੂ ਦਾ ਸਹਿਜ ਨਹੀਂ ਆਪਣੇ ਉਹ ਆਉਂਦਾ ਹੈਗਾ ਛੋਟਾ, ਅਤੇ ਨਾ ਹੀ ਆਪਾਂ ਕਦੀ ਡੱਫਲ ਹੋਣ ਦਿੱਤਾ ਕਿ ਡੱਫਲ ਹੋ ਕੇ ਵੀ ਰੇਟ ਘੱਟ ਲੱਗੇ, ਹੈ ਨਾ, ਉਹ ਨਹੀਂ ਆਪਣੇ ਹੁੰਦਾ। ਕਿਉਂਕਿ ਪਖਰਾਜ ਆਲੂ ਨੂੰ ਕੁਛ ਕਰਨ ਦੀ ਲੋੜ ਹੀ ਨਹੀਂ ਕਿ ਕਮਲੇ ਵਾਂਗੂ ਇਹਦੇ 'ਤੇ ਸਪਰੇਹਾਂ ਕਰੀ ਜਾਈਏ ਕਰੀ ਜਾਈਏ ਕਰੀ ਜਾਈਏ, ਹੈ ਨਾ। ਵੀਰੇ ਹੱਥ ਨਾਲ ਨਹੀਂ ਆਲੂ ਨਿਕਲ ਰਿਹਾ ਯਾਰ, ਹੱਥ ਨਾਲ ਨਿਕਲਣਾ ਮੁਸ਼ਕਿਲ ਹੋਇਆ ਹੋਇਆ ਆਲੂ। ਹੱਥ ਨਾਲ ਨਹੀਂ ਨਿਕਲਦਾ ਆਲੂ ਕਿਉਂਕਿ ਥੋੜ੍ਹਾ ਆਲੂ ਡੂੰਘਾ ਬਹੁਤ ਆ, ਵੇਲ ਟੁੱਟ ਜਾਂਦੀ ਆ ਅਤੇ ਆਲੂ ਨਹੀਂ ਨਿਕਲਦਾ। ਰਹਿਣ ਦੇ ਹੱਥ ਨਾਲ ਨੀ ਵੀਰੇ ਆਲੂ ਨਿਕਲਦਾ ਯਾਰ। ਆ ਨਾ ਆਲੂ ਕਿਤੇ ਵੀ ਰਵੇ ਨਾ ਬਾਹਰ, ਠੀਕ ਆ, ਜਿਹੜਾ ਖਾਲ ਖੂਲ ਤੇ ਆਲੂ ਆ ਸਾਰਾ ਐਨ ਪੂਰਾ ਵਿੱਚ ਦੇ ਦੀ, ਜਿਹੜਾ ਵੱਟ ਵੁੱਟ ਦੇ ਨਾਲ ਨਿਕਲਦਾ ਨਾ ਖਾਲ ਦੇ, ਚੱਕ ਕੇ ਬੈਡ ਪੂਰਾ ਵਿੱਚ ਇੱਥੇ ਇੱਥੇ ਹੀ ਰੱਖ ਦਿਆ ਕਰ। ਆਹ ਜਿਵੇਂ ਆਹ ਆਹ ਜਗ੍ਹਾ ਵਾ ਨਾ, ਇੱਥੇ ਰੱਖ ਦੀ ਖਾਲ ਦਾਲ ਆਲੂ। ਹਾਂ ਇੱਥੇ ਰੱਖ ਕੇ ਆ ਜਿਵੇਂ ਨਿਕਲ ਗਿਆ ਜਿੱਥੋਂ ਵੱਟ ਟੁੱਟੀ ਆ, ਇਹ ਸਾਰਾ ਚੱਕ ਲਈ ਅਤੇ ਡੰਡੀ ਵਾਲਾ ਵੀ ਸਾਰਾ ਟਕਵਾ ਦੀ। ਆਹ ਵੇਲ ਵੀ ਕਿਤੇ ਨਾ ਰਵੇ, ਵੱਢੀ ਗਈ ਨਾ ਸਾਰੀ ਵੇਲ ਇੱਧਰ, ਬਸ ਠੀਕ ਹੈ, ਸਾਰੀ ਵੇਲ ਵੱਢ ਕੇ ਅਤੇ ਆਹ ਬੰਨੇ ਬੁੰਨੇ ਵਾਲਾ ਵੀ ਜਿਹੜਾ ਆਲੂ ਆ ਸਾਰਾ ਵਿੱਚ ਦਵਾ ਦੀ। ਜਿੱਦਣ ਪੱਟਾਂਗੇ ਵੀਰੇ ਉੱਦਣ ਦਿਖਾਊਂਗਾ ਤੁਹਾਨੂੰ, ਜਿਹਦਾ ਝਾੜ ਦੇਖ ਲਿਓ ਤੁਸੀਂ ਕਿੰਨਾ ਹੋਊਗਾ, ਤੁਹਾਨੂੰ ਲੱਗ ਜੂ ਪਤਾ ਜਦੋਂ ਮਗਰ ਆਲੂ ਗਿਣਾਂਗੇ ਨਾ ਪਤਾ ਲੱਗ ਜੂ ਫਿਰ। ਕਿਉਂਕਿ ਯਾਰ ਨਿਕਲਦਾ ਨਹੀਂ ਵੀਰੇ ਆਲੂ ਹੱਥ ਨਾਲ, ਨਾ ਕਹੀ ਹੈ ਨਹੀਂ ਕੋਲੇ ਕਿ ਕਹੀ ਹੋਵੇ ਤਾਂ ਆਲੂ ਕੱਢ ਦੀਏ। ਬਸ ਇੱਕ ਦੋ ਕੁ ਆਲੂ ਹੀ ਨਿਕਲਦੇ ਆ ਉੱਪਰੋਂ ਉੱਪਰੋਂ ਨਾ, ਬਸ ਜਿਹੜੇ ਥੱਲੇ ਵਾਲੇ ਆਲੂ ਉਹ ਨਹੀਂ ਨਿਕਲਦੇ। ਆਹ ਦੇਖ ਲਓ ਇੱਥੇ ਨਿਕਲੇ ਹੋਏ ਆ ਬਾਹਰ, ਲੈ ਆ ਮਸ਼ੀਨ ਨੇ ਕੱਢਦੇ ਬਾਹਰ ਦੇਖ ਲਓ ਸਹਿਜ।
ਆਹ ਦੇਖੋ ਬਸ ਨਾ ਇੰਨੀ ਕੀ ਬੇਲ ਮਾੜੀ ਮੋਟੀ ਕੋਈ ਰਹਿ ਜਾਂਦੀ ਆ ਕਿ ਜਿਵੇਂ ਖਾਲ ਤੋਂ ਲੈਫਟ ਚੱਕਦਾ ਬੰਦਾ ਉਹ ਜਿਹੜੀ ਸਿਆੜ ਜਿੱਥੇ ਮਸ਼ੀਨ ਨਹੀਂ ਆਉਂਦੀ ਬਸ ਉਹ ਮਾੜੀ ਮੋਟੀ ਰਹਿ ਜਾਂਦੀ ਆ। ਨਹੀਂ ਕੋਈ ਨਹੀਂ ਬਿਲਕੁਲ ਨਹੀਂ, ਹਾਂ ਇੰਨੀ ਉੱਚੀ ਬੇਲ ਵੱਢ ਦਿੰਦੇ ਹਾਂ ਬਸ ਦੇਖ ਲਓ ਐਂ ਪੂਰੀ ਸਫਾਈ ਨਾਲ ਵੇਲ ਵੱਢੀ ਜਾਂਦੀ ਆ। ਕੋਈ ਵੀ ਦਿੱਕਤ ਪਰੇਸ਼ਾਨੀ ਵਾਲਾ ਕੋਈ ਕੰਮ ਨਹੀਂ ਕਿ ਮੁੜ ਕੇ ਵਿੱਚ ਫਸੇ ਵੇਲ ਨਾ, ਐਨ ਪੂਰਾ ਸਾਫ਼ ਸੁਥਰਾ ਖੇਤ ਹੋ ਜਾਂਦਾ ਵਾ, ਪੂਰਾ ਵਧੀਆ ਰਹਿੰਦਾ। ਇਹ ਆਲੂ ਦੀ ਆਪਾਂ ਕੱਚੇ ਦੀ ਪਟਾਈ ਕਰਨੀ ਸੀ, ਉਸ ਮੁਤਾਬਕ ਬੀਜਿਆ ਸੀਗਾ ਵੀ ਕੱਚਾ ਆਲੂ ਕੱਟਾਂਗੇ, ਕੱਚੇ ਆਲੂ ਦਾ ਝਾੜ ਚਲੋ ਆਜੂ ਵਧੀਆ, ਤਾਂ ਕਰਕੇ ਇਹਨੂੰ ਸੀਗਾ ਕਿ ਕੱਚਾ ਆਲੂ ਰੱਖਾਂ। ਹੈਲੋ, ਹਾਂਜੀ ਵੀਰੇ, ਅੱਜ ਸੀਗਾ ਗੇੜਾ ਆਪਣਾ ਲੁਧਿਆਣੇ ਦਾ, ਅਤੇ ਲੁਧਿਆਣੇ ਆਇਆ ਸੀਗਾ, ਲੁਧਿਆਣੇ ਤੋਂ DHL 'ਚ ਪਾਰਸਲ ਜਿਹਾ ਕਰਨਾ ਸੀਗਾ, ਉਹ ਕਰਿਆ ਆਪਾਂ, ਉਹ ਕਰਕੇ ਅਤੇ ਅੱਜ ਦਿਲ ਕਰਿਆ ਵੀ ਸਮੋਸੇ ਅਤੇ ਕੁਲਚਾ ਖਾਣ ਨੂੰ, ਜਿਹੜਾ ਲੁਧਿਆਣੇ ਦਾ ਸਭ ਤੋਂ ਮਸ਼ਹੂਰ ਸਮੋਸਾ ਉਹ ਕਾਲਜ ਰੋਡ 'ਤੇ। ਜੇ ਕੋਈ ਵੀਰ ਇੱਥੇ ਆਉਂਦਾ ਵਾ ਘੁਮਾਰ ਮੰਡੀ, ਕਿਉਂਕਿ ਬਥੇਰੇ ਆਉਂਦੇ ਹੋਣਗੇ ਵੀਰ, ਹਨ ਤਾਂ ਜਿਨ੍ਹਾਂ ਨੇ ਖਾ ਕੇ ਦੇਖਣਾ ਹੋਵੇ ਸਪੈਸ਼ਲ ਕੁਲਚਾ ਅਤੇ ਸਮੋਸਾ ਅਤੇ ਗੁਲਾਬ ਜਾਮਣ, ਉਹ ਵੀਰ ਉੱਥੇ ਖਾ ਸਕਦਾ, ਅਤੇ ਬੜਾ ਟੇਸਟੀ ਹੁੰਦਾ ਵੀਰੇ ਸਮੋਸਾ, ਬਹੁਤ ਹੀ ਜ਼ਿਆਦਾ ਵਧੀਆ। ਆਹ ਦਿਨਾਂ 'ਚ ਤਾਂ ਘੁਮਾਰ ਮੰਡੀ ਆ ਜਾਓ, ਮੈਂ ਪੁੱਠੇ ਪਾਸੇ ਦੀ ਆ ਗਿਆ, ਮੈਂ ਘੁਮਾਰ ਮੰਡੀ 'ਚ ਐਂਟਰ ਹੋ ਗਿਆ ਇੱਧਰੋਂ, ਅਤੇ ਇੱਥੇ ਵਾ ਕਨੇਡਾ, ਕਨੇਡਾ ਵਾਲੇ ਦਿੰਦੇ ਆ, ਯਾਨੀ ਕਿ ਕਨੇਡਾ ਅਮਰੀਕਾ ਬਾਹਰਲੇ ਜਿੰਨੇ ਵੀ ਆਏ ਹੋਣਗੇ ਆਹ ਦਿਨਾਂ 'ਚ, ਤਾਂ ਹੋਰ ਕੋਈ ਨਹੀਂ ਦਿੰਦਾ। ਹਾਂਜੀ ਵੀਰੇ, ਆ ਜਾਓ ਸਮੋਸੇ ਖਾ ਲਓ, ਸਭ ਤੋਂ ਬੈਸਟ ਸਮੋਸੇ ਆ ਵੀਰੇ ਲੁਧਿਆਣੇ ਦੇ। ਇਹ ਹੈਗਾ ਵਾ ਆਪਣਾ ਇਹਦੇ ਕਾਲਜ ਦੇ ਕੋਲ, ਖਾਲਸਾ ਕਾਲਜ ਦੇ ਬਿਲਕੁਲ ਸਾਹਮਣੇ ਆ, ਸਮੋਸੇ ਅਤੇ ਗੁਲਾਬ ਜਾਮਣ, ਆਪਾਂ ਤਾਂ ਸਮੋਸੇ ਹੀ ਖਾਂਦੇ ਹਾਂ, 46 ਰੁਪਏ ਦੇ ਦਿੰਦੇ ਆ ਵੀਰੇ, ਵੱਟ ਕੱਢਵੇ, ਇੰਨੀ ਸਫਾਈ, ਅਤੇ ਆਹ ਦੇਖ ਲਓ ਬਾਹਲੀ ਜ਼ਿਆਦਾ ਸਫਾਈ ਆ, ਚਟਣੀ ਬਹੁਤ ਸਵਾਦ ਆ ਇਹਨਾਂ ਦੀ। ਸਮੋਸਾ ਖਾਂਦੇ ਹਾਂ, ਫਿਰ ਇੱਕ ਖਾਵਾਂਗੇ ਆਪਾਂ ਕੁਲਚਾ, ਉਹ ਵੀ ਦਿਖਾਉਂਦੇ ਹਾਂ ਤੁਹਾਨੂੰ। ਇਹਨਾਂ ਦਾ ਸਵਾਦ ਤਾਂ ਹੁੰਦਾ ਹੈ ਸਮੋਸਾ, ਕਿਉਂ ਇਹਨਾਂ ਨੈਚੁਰਲ ਆ ਕਿ ਸਾਦਗੀ ਆ, ਕੋਈ ਮਸਾਲੇ ਨਹੀਂ ਉਹਦੇ ਵਿੱਚ ਐਡ, ਸਿਰਫ ਇਕੱਲਾ ਧਨੀਆ ਵਾ, ਇੰਨਾ ਵਧੀਆ ਟੇਸਟ ਆਉਂਦਾ। ਇਹ ਟੇਸਟ ਨਾ ਜਦੋਂ ਮੈਂ ਮੁੱਲਾਂ ਪਰ ਸਕੂਲ ਪੜ੍ਹਦਾ ਹੁੰਦਾ ਸੀ, ਉੱਥੇ ਬ੍ਰੈਡ ਮਿਲਦਾ ਹੁੰਦਾ ਸੀ ਨਿੱਲ ਆ ਕੰਟੀਨ ਵਾਲਾ, ਉਹ ਖਿਲਾਉਂਦਾ ਹੁੰਦਾ ਸੀ, ਵੀ ਉਹਦੇ ਬ੍ਰੈਡ ਦਾ ਟੇਸਟ ਇਹੋ ਜਿਹਾ ਹੁੰਦਾ ਸੀ, ਅਤੇ ਇਹਨਾਂ ਦਾ ਸਮੋਸੇ ਦਾ ਟੇਸਟ ਉਹ ਜਿਹਾ, ਬੜਾ ਵਧੀਆ ਟੇਸਟ ਆ ਵੀ। ਜਿਹੜੇ ਵੀਰ ਆਉਣਗੇ ਟੇਸਟ ਕਰਕੇ ਦੇਖਿਓ ਇੱਥੇ, ਫਿਰ ਕਹੋਗੇ ਤੁਸੀਂ ਸਾਰੇ ਜਣੇ, ਚਟਣੀ ਦਾ ਅੱਡੋ ਅੱਡ ਸਵਾਦ ਆ। ਆਹ ਦੇਖ ਲਓ ਵੀਰੇ, ਆਹ ਸ਼ੋਪ ਆ, ਕੋਈ ਨਾਂ ਨਹੀਂ ਸ਼ੋਪ ਦਾ, ਕੋਈ ਕੁਛ ਨਹੀਂ, ਕੋਈ ਬੈਠਣ ਨੂੰ ਜਗ੍ਹਾ ਨਹੀਂ, ਕੋਈ ਕੁਛ ਨਹੀਂ ਹੈਗਾ, ਆਹ ਕੁਲਚੇ ਆਉਣਾ ਖੜਾ ਹੁੰਦਾ ਬਸ ਇੱਥੇ। ਆਹ ਯਾਰ ਕਿਹਨੇ ਸੋਚਿਆ ਸੀ ਵੀ ਲੁਧਿਆਣੇ ਦੇ ਵਿੱਚ ਐਵੇਂ ਪੁਲਾਂ ਨੇ ਘੇਰ ਲੈਣੀ ਆ ਜਗ੍ਹਾ, ਦੇਖ ਲਓ। ਜਦੋਂ ਛੋਟੇ ਜਿਹੇ ਹੁੰਦੇ ਸੀ ਨਾ, ਇੱਥੋਂ ਇੱਧਰ ਦੀ ਨਾ ਭਗਵਾਨ ਸਾਹਿਬ ਗੁਰਦੁਆਰੇ ਨੂੰ ਜਾਂਦੇ ਹੁੰਦੇ ਸੀਗੇ, ਉੱਧਰ ਜਿਹੜਾ ਅਨੰਦਪੁਰ ਸਾਹਿਬ ਨੇ ਜਿੱਥੇ ਜਾਂਦੇ ਨੇ, ਉਹ ਲਾਈਟਾਂ ਤੋਂ ਜਦੋਂ ਇੱਧਰ ਨੂੰ ਆਉਣਾ ਹੁੰਦਾ, ਇੱਥੋਂ ਦੀ ਨਿੰਘਦੇ ਹੁੰਦੇ ਸੀਗੇ ਘੁਮਾਰ ਮੰਡੀ ਵਿੱਚ ਦੀ, ਉਹ ਪਰਾਂ ਚੜ੍ਹ ਜਾਂਦੇ ਹੁੰਦੇ ਸੀ, ਉਦੋਂ ਇਹੀ ਹੁੰਦਾ ਸੀ ਪੁਲ ਆਪਣੇ
ਘੰਟਾ ਘਰ ਕੋਲੋਂ ਹੀ ਪਰਾਂ ਨੂੰ ਜਾਂਦੇ ਨੇ ਜਲੰਧਰ ਬਾਈਪਾਸ ਦੇ, ਅਤੇ ਜਦੋਂ ਉਹ ਬੱਤੀਆਂ 'ਤੇ ਖੜ੍ਹ ਕੇ ਨਾ ਇੱਧਰ ਸਾਹਮਣੇ ਓਪੋਜ਼ਿਟ ਉਹ ਬੱਤੀਆਂ ਤੋਂ ਇੱਧਰਲੇ ਪਾਸੇ ਇੱਕ ਲਿਫਟ ਚੜ੍ਹਦੀ ਹੁੰਦੀ ਸੀਗੀ, ਇੱਕ ਬਿਲਡਿੰਗ ਦੇ ਵਿੱਚ ਨਾ ਲਿਫਟ ਹੁੰਦੀ ਸੀ, ਇੱਥੇ ਹੁੰਦੀ ਸੀ ਲਿਫਟ, ਆਹ ਬਿਲਡਿੰਗ ਉਹ ਜਿਹੜੀ ਪਰਾਂ ਜਿਹੜੀ ਮਾਰਕੀਟ ਵੱਜਦੀ ਆ, ਹੁਣ ਤਾਂ ਉਹਦੇ ਵਿੱਚ ਲਿਫਟ ਹੈ ਨਹੀਂ ਗੀ ਲੋਕ, ਉਹ ਲਿਫਟ ਦੇ ਕੇ ਨਿੱਕਿਆਂ ਨੇ ਨਾ ਟੈਂਪੂ 'ਚ ਟੈਂਪੂ ਜਾਂਦਾ ਹੁੰਦਾ ਸੀ ਸਰ ਜਲਦਾਰ ਬਾਬਾ ਜੀ ਦੇ, ਅਤੇ ਉਹ ਪਾਰਕ ਪਲਾਜ਼ਾ ਦੇਖਣਾ ਵੀ ਕਿੱਡਾ ਵੱਡਾ ਵੀ ਕਿੱਡਾ ਉੱਚਾ, ਐਵੇਂ ਦੇਖੀ ਜਾਣਾ ਇਹਨੂੰ ਪਾਰਕ ਪਲਾਜ਼ੇ ਨੂੰ ਹੈ ਨਾ, ਕਿ ਯਾਰ ਵੀ ਕਿੰਨਾ ਉੱਚਾ ਉਹ ਆ, ਅਤੇ ਉਹ ਲਿਫਟ ਦੇਖਣੀ ਵੀ ਉਹ ਦੇਖੋ ਬੰਦੇ ਉਹਦੇ ਵਿੱਚ ਚੜ੍ਹ ਜਾਂਦੇ ਆ ਅਤੇ ਕੋਠੇ 'ਤੇ ਚਾੜ ਦਿੰਦੀ ਆ ਉਹ ਲਿਫਟ, ਛੋਟੇ ਹੁੰਦੇ ਨੇ ਐਵੇਂ ਕਰੀ ਜਾਣਾ ਨਾ ਕਿ ਵੀ ਐਂ ਹੋ ਜਾਂਦਾ ਜਾਂ ਇੱਦਾਂ ਹੋ ਜਾਂਦਾ ਨਾ, ਕਿ ਹੁਣ ਦੇਖ ਕੇ ਹੋਰ ਹੀ ਕੁਛ ਹੋ ਗਿਆ ਸ਼ਹਿਰ ਦਾ ਸਾਰਾ, ਲੁਧਿਆਣਾ ਚੇਂਜ, ਜਾਮ ਹੀ ਜਾਮ ਹੁੰਦਾ ਜਿੱਧਰ ਮਰਜ਼ੀ ਚੱਲ ਜਾਓ, ਅਤੇ ਜਾਮ ਤੋਂ ਬਿਨਾਂ ਹੋਰ ਕੁਛ ਨਹੀਂ ਮਿਲਦਾ ਇੱਥੇ ਲੁਧਿਆਣੇ, ਸਾਰੇ ਪਾਸੇ ਜਾਮ ਹੀ ਜਾਮ, ਇਹ ਤਾਂ ਠੰਡ ਆ, ਨਹੀਂ ਤਾਂ ਆਰਾਮ ਨਾਲ ਮੋਟਰਸਾਈਕਲ ਚੱਕੋ, ਮੋਟਰਸਾਈਕਲ ਦਾ ਸਫ਼ਰ ਸਭ ਤੋਂ ਵਧੀਆ ਲੁਧਿਆਣੇ ਦਾ, ਮੋਟਰਸਾਈਕਲ ਜਾਂ ਸਕੂਟਰੀ ਦਾ, ਜੇ ਤੁਸੀਂ ਮੋਟਰਸਾਈਕਲ 'ਤੇ ਹੋ ਤਾਂ ਤੁਸੀਂ ਅੱਧੇ ਘੰਟੇ 'ਚ ਲੁਧਿਆਣੇ ਤੋਂ ਮੁੜ ਸਕਦੇ ਹੋ, ਜੇ ਤੁਸੀਂ ਹੈਗੇ ਹੋ ਗੱਡੀ 'ਚ ਫਿਰ ਤਾਂ ਸਮਝ ਲਓ ਤੁਸੀਂ 2-3 ਘੰਟਿਆਂ ਬਾਅਦ ਹੀ ਮੁੜੋਗੇ, ਇਹ ਹਾਲਾਤ ਆ ਟ੍ਰੈਫਿਕ ਦੇ ਲੁਧਿਆਣੇ ਸ਼ਹਿਰ ਦੇ ਤਾਂ, ਆ ਪੁਲ ਇੱਥੇ ਤੱਕ ਹੀ ਆ ਨਾ, ਮੈਂ ਸੋਚਦਾ ਹੁੰਦਾ ਸੀ ਕਿ ਇਹਨੇ ਸਿਰੇ ਤੱਕ ਜਾਣਾ ਵਾ ਪੁਲ ਨੇ, ਇਹ ਜਿਹੜਾ ਫਾਟਕਾਂ ਦੇ ਉੱਤੋਂ ਦੀ ਆਉਂਦਾ, ਸਰਾਭਾ ਨਗਰ ਵਾਲੀਆਂ ਬੱਤੀਆਂ ਦੇ ਉੱਤੋਂ ਦੀ ਆਉਂਦਾ, ਨਹਿਰ ਤੋਂ ਚੜ੍ਹਦਾ ਸਿੱਧਾ ਇੱਕ ਪਾਸੇ ਤੋਂ ਹੀ ਆ ਪੁਲ ਹੈ ਨਾ, ਟ੍ਰੈਫਿਕ ਦੇ ਵਿੱਚ ਫਰਕ ਤਾਂ ਬਹੁਤ ਪੈ ਗਿਆ, ਪਰ ਕੀ ਕੀਤਾ ਜਾਵੇ ਟ੍ਰੈਫਿਕ ਵੱਧ ਹੀ ਬਹੁਤ ਰਹੀ ਆ ਸ਼ਹਿਰਾਂ ਦੇ ਵਿੱਚ, ਗੱਡੀਆਂ ਅੰਡਰਪਾਸ ਦਾ ਵੀ ਬਹੁਤ ਵੀ ਹੈਗਾ ਫਾਇਦਾ, ਨਹੀਂ ਤਾਂ ਅੱਗੇ ਚਲੋ ਇੱਥੇ ਫਾਟਕ ਲੱਗਦੇ ਹੁੰਦੇ ਸੀ, ਫਾਟਕਾਂ 'ਤੇ ਕਿੰਨਾ ਕਿੰਨਾ ਟਾਈਮ ਖੜ੍ਹਨਾ ਪੈਂਦਾ ਜੀ, ਅਤੇ ਹੁਣ ਆਰਾਮ ਨਾਲ ਅੰਡਰਪਾਸ ਦੇ ਥੱਲੇ ਦੀ ਲੰਘੋ, ਕੋਈ ਵੀ ਔਖਾ ਨਹੀਂ ਹੈ ਨਾ, ਕਿ ਸ਼ਹਿਰਾਂ ਦੇ ਸੜਕਾਂ ਸੁੜਕਾਂ ਦਾ ਚਲੋ ਵੱਟ ਕੱਢੇ ਪਏ ਆ, ਬਾਕੀ ਤਾਂ ਬਣਾਈ ਜਾਂਦੇ ਆ, ਪਾਸ ਨਿਕਲ ਜਾਂਦਾ ਲੁਧਿਆਣੇ ਨਹਿਰ ਦੇ ਉੱਤੇ ਪੱਖਵਾਲ ਵਾਲੀ ਨਹਿਰ 'ਤੇ, ਉਹ ਆ ਗਿਆ ਸਾਹਮਣੇ ਪੁਲ ਜਿਹੜਾ ਦਰਾਹੀ ਨੂੰ ਰਾਹ ਜਾਂਦਾ ਸਿੱਧਾ, ਅਤੇ ਆ ਹੈਗਾ ਸਾਡੇ ਪਿੰਡ ਵਾਲਾ ਰਾਹ ਪੱਖਵਾਲ ਰੋਡ ਕਹਿ ਦਿੰਦੇ ਨੂੰ, ਹੁਣ ਤਾਂ ਪਹਿਲਾਂ ਪੱਖਵਾਲ ਰੋਡ ਸੀ ਹੁਣ ਕਰਤਾਰ ਸਿੰਘ ਸਰਾਭਾ ਮਾਰਗ ਬਣਿਆ ਹੋਇਆ, ਅੱਜ ਆਏ ਸੀਗੇ ਮੋਹੀ ਦਾ ਚੈੱਕ ਕਰਨ ਹਲ ਪੁਖਰਾਜ, ਲਿਆ ਦੇਖ ਪੱਟ ਕੇ ਇੱਕ ਬੂਟਾ ਪੱਟ ਲਾ ਪੂਰਾ ਕਹੀ ਦੇਣਾ, ਇੱਕ ਪੱਟ ਲਾ ਵੀ ਦੇਖੀਏ ਵੀ ਇਹਨੂੰ ਪਾਣੀ ਲਾਈਏ ਕਿ ਰਹਿਣ ਦੇ, ਆਹ ਦੇ ਆਲੂ ਤਾਂ ਕਿੱਡਾ ਕਿੱਡਾ ਹੋ ਗਿਆ, ਉਹ ਦੇ ਬੂਟੇ ਦੇ ਨਾਲ ਕਿੰਨੇ ਆ
ਕਿਵੇਂ ਰਹਿਣ ਜੇ ਪਾਣੀ ਲਾਉਣ ਨੂੰ? ਉਹ ਹੁਣ ਉਹ ਏਦੂ ਵੱਡਾ ਤਾਂ ਫਿਰ ਓਵਰਸਾਈਜ਼ ਹੋ ਜਾਣਾ। ਹਜੇ ਜੇ ਆਪਾਂ ਦਿਨ ਇੰਨੇ ਖੜਾਤਾ ਤਾਂ ਇਹਨੇ ਉਵੇਂ ਵੀ ਲੋਟ ਹੋ ਜਾਣਾ। ਆਹ ਦੇ ਬਸ ਇੱਧਰੋਂ ਤਾਂ ਹੈਗਾ ਗਿੱਲਾ, ਆਹ ਸਾਰਾ ਗਿੱਲਾ ਵਾ ਕਿੱਤਾ ਹੈ ਨਾ, ਅਤੇ ਬਸ ਆਹਦੇ ਆ ਖਾਲ ਖੂਲ ਵੀ ਸਾਰੇ ਹਜੇ ਗਿੱਲੇ ਹੀ ਪਏ ਆ, ਬਸ ਆਹ ਬੰਨੇ ਦੇ ਨਾਲ ਸੁੱਕਾ ਵਾ। ਇਹ ਡਾਇਮੰਡ ਆਲੂ ਆਪਣਾ ਇੱਧਰਲੇ ਪਾਸੇ ਡਾਇਮੰਡ ਨੂੰ ਚੱਲਦਾ ਪਾਣੀ, ਅਤੇ ਆਹ ਪਖਰਾਜ ਦਾ ਤਾਂ ਮੈਂ ਕਿਹਾ ਰਹਿਣ ਦਿੰਦੇ ਲਾਉਣ ਨੂੰ ਪਾਣੀ, ਕੀ ਲਾਉਣਾ। ਆਲੂ ਦਾ ਸਾਇਜ਼ ਤਾਂ ਪੂਰਾ ਵਧੀਆ ਹੈ, ਇੱਥੇ ਡਾਇਮੰਡ ਦੇ ਹੈਗੇ ਆਪਣੇ 3-4 ਕਿੱਲੇ, ਇਹਨਾਂ ਨੂੰ ਪਾਣੀ ਲਾ ਦਈਏ। ਅਤੇ ਪਖਰਾਜ ਦਾ ਇਹ ਤਾਂ ਸਾਇਜ਼ ਹੈਗਾ ਪੂਰਾ ਵਧੀਆ ਹੋਇਆ, ਅਤੇ ਹੁਣ ਉਹ ਦੂਜੀ ਮੋਟਰ 'ਤੇ ਜਾ ਕੇ ਦੇਖਦੇ ਹਾਂ ਵੀ ਉੱਧਰ ਕਿੱਡਾ ਕੁ ਸਾਇਜ਼ ਆ, ਫਿਰ ਬੰਦ ਪਖਰਾਜ ਨੂੰ ਰਹਿਣ ਦਾਂਗੇ ਪਾਣੀ ਲਾਉਣ। ਇਹ ਪਖਰਾਜ ਨੂੰ ਨਾ ਆਪਾਂ ਪਾਣੀ ਲਾਉਣਾ, ਅਤੇ ਕੱਲ੍ਹ ਨੂੰ ਪਹਿਲਾਂ ਇਹਦੇ 'ਤੇ ਕਰਜਟ ਦੀ ਸਪਰੇ ਕਰ ਦਈਏ, ਅਤੇ ਚਲੋ ਜੇ ਕੋਈ ਛਣ ਕੇ ਫਿਰ ਨਾ ਗਿੱਲੇ 'ਚ ਕਾਹਨੂੰ ਟੱਕਰਾਂ ਮਾਰਾਂਗੇ ਕਿ ਇਹਨੂੰ ਲੇਟ ਪੱਟਾਂਗੇ ਥੋੜ੍ਹਾ, ਅਤੇ ਕਰਜਟ ਦੀ ਸਪਰੇ ਕਰ ਦਈਏ। ਚਲੋ ਫਿਰ ਉਹਨਾਂ ਵਧੀਆ, ਥੋੜ੍ਹਾ ਟਾਈਮ ਵੀ ਖੜ ਜੂਗਾ ਜੇ ਹਜੇ ਥੋੜ੍ਹਾ ਠਹਿਰ ਕੇ ਵੀ ਪੱਟਣਾ ਵੱਢਣੀਆਂ ਇਹਦੀਆਂ ਬੇਲਾਂ, ਕਿਉਂਕਿ ਇਹਦਾ ਤਾਂ ਆਪਾਂ ਸਹਿਜ ਮੋਟਾ ਹੀ ਕਰਨਾ, ਇੱਥੇ 7-8 ਕਿੱਲਿਆਂ ਇਹ ਪੱਟਿਆਂ ਦਾ, ਅਤੇ ਆਪਾਂ ਨੂੰ ਤਾਂ ਫਾਇਦਾ ਹੀ ਹੈ ਜਿੰਨਾ ਮੋਟਾ ਹੋ ਜਾਵੇ, ਕਿਉਂਕਿ ਇਹਦਾ ਆਪਾਂ ਸੀਟ ਤਾਂ ਦੇਣਾ ਨਹੀਂ ਕਿਸੇ ਨੂੰ, ਇਹ ਆਪਾਂ ਮਾਰਕੀਟ 'ਚ ਹੀ ਸੇਲ ਕਰ ਦੇਣਾ। ਆਲੂ ਤਾਂ ਵਧੀਆ ਵਾ ਪਰ ਇਹ ਰਿਜੈਕਟ ਕਰਿਆ ਹੋਇਆ ਆਪਣਾ, ਅਤੇ ਇਹਦੇ ਵਿੱਚੋਂ ਕਿਸੇ ਨੂੰ ਨਹੀਂ ਬੀਜ ਬੂਜ ਦੇਣਾ। ਲੈ ਲਓ ਆਲੂ ਦੇ ਸੀਡ ਦੇ ਵਿੱਚ ਤਾਂ ਕੋਈ ਨਹੀਂ ਉਹ ਹੈਗੀ ਖਰਾਬੀ, ਅਤੇ ਪੂਰਾ ਵਧੀਆ ਸੀਡ ਆ, ਅਤੇ ਪਰ ਇਹਦੇ ਵਿੱਚ ਨਾ ਬੰਦਿਆਂ ਤੋਂ ਆਪਣੇ ਮੈਂ ਜਦੋਂ ਹੁਣ ਰੋਗਿੰਗ ਕਰਵਾਉਂਦਾ ਸੀਗਾ ਅਤੇ ਇਹ ਹੈਗੇ ਆ 5-7 ਕਿੱਲੇ, ਇੱਥੇ ਇਹਦੇ ਵਿੱਚ ਨਾ ਮਿਕਸਿੰਗ ਸੀਗੀ ਡਾਇਮੰਡ ਆਲੂ ਦੀ, ਅਤੇ ਫਿਰ ਇਹਦੇ ਕਰਕੇ ਆਪਾਂ ਇਹ ਕਿਸੇ ਨੂੰ ਨਾ ਦੇ ਸਕਦੇ ਨਾ ਵਾਸਤਾ, ਇਹ ਆਪਾਂ ਰਿਜੈਕਟ ਹੀ ਕਰਤਾ ਸੀ ਵੀ ਇਹਨੂੰ ਰਾਸ਼ਨ ਹੀ ਬਣਾਉਣਾ ਵਾ, ਤਾਂ ਕਰਕੇ ਹੁਣ ਇਹ 'ਤੇ ਕਰਜਟ ਦੀ ਸਪਰੇ ਕਰ ਦਾਂਗੇ ਅਤੇ ਇਹਨੂੰ ਰਾਸ਼ਨ ਬਣਾ ਲਾਂਗੇ, ਅਤੇ ਇਹ ਆਪਾਂ ਸੇਲ ਤਾਂ ਜਮ੍ਹਾਂ ਹੀ ਨਹੀਂ ਕਰਨਾ ਕਿਸੇ ਨੂੰ।